ਜਦੋਂ ਪਿਓ ਪੁੱਤਰ ਮਰੇ ਸੀ ਨਾ ਉਹਦੇ ਨਾਲ ਕਿਹਾ ਮੁਰਦਾਬਾਦ ਐਮਐਲਏ ਮੁਰਦਾ ਕੌਂਸਲ ਮੁਰਦਾ ਬੱਚੇ ਮਰ ਗਏ ਜੀ ਪਿਓ ਮਰ ਗਿਆ ਜੀ ਉਹਦੀ ਜ਼ਿੰਮੇਵਾਰੀ ਕੌਣ ਲਏਗਾ 25 ਸਾਲ ਕੌਂਸਲਰ ਰਿਹਾ ਟੋਨੀ ਪਬਲਿਕ ਨਾਲ ਰਹਿ ਕੇ ਭਾਜੀ ਮੇਰੀ ਗੱਲ ਸੁਣੋ ਤੁਸੀਂ ਐਮਐਲਏ ਨਾਲ ਰਹਿ ਕੇ ਨਹੀਂ ਰਿਹਾ ਪਹਿਲਾਂ ਮੈਨੂੰ ਦੱਸੋ ਫੇਸ 2 ਚ ਤਾਰਾਂ ਕਿੱਦਾਂ ਪਈਆਂ ਹੈ ਫੇਸ 2 ਚ ਤਾਰਾਂ ਬਰੋ ਥੱਲੇ ਬਲੌਕ ਹੋ ਗਈਆਂ ਤਾਰਾਂ ਸਾਰੀ ਜ਼ਮੀਨ ਪੱਟਣੀ ਵੀ ਦੁਬਾਰਾ ਫਿਰ ਕੇ ਬਦਲਾਂਗੇ ਇੱਥੇ ਵੀ ਕਿਸੇ ਦੀ ਕੋਈ ਦੁਕਾਨ ਨੂੰ ਅੱਗ ਲੱਗ ਜਾਵੇ ਪੁੱਛੋ ਜੇ ਫਿਰ ਕੀ ਕਰੋਗੇ ਹੁਣ ਲੱਗਣੀ ਹੈ ਪਹਿਲਾਂ ਨਹੀਂ ਲੱਗੀ ਤੁਹਾਡੀ ਮਰਜ਼ੀ ਹੈ ਜੀ ਨਹੀਂ ਮੈਨੂੰ ਅਸੀਂ ਪਿਸਤੌਲ ਨਾਲ ਥੋੜੀ ਬਣਾਵਾਂਗੇ ਚਲੋ ਪਿਸਤੌਲ ਨਾਲ ਬੁਲਾ ਲਓ ਪਿਸਤੌਲ ਨਾਲ ਬੁਲਾ ਲਓ रैनक बाजार के माहौल उदों तनावपूर्ण हो गया जदों रैनक बाजार के स्मार्ट सिटी का काम चल रहा है। मौके पर विधायक रजिंदर बेरी को सद्या गया, साडे नाल मौजूद है रजिंदर बेरी, उन्होंने गलबात कर लेने। बेरी साहब की मसला की सीगा जिहड़ा माहौल तनावपूर्ण हो गया? जिहड़ियां तारां सी चेंज करनियां सीगियां भगवान वाल्मीकि चौंक तो पीर बोदलां बाजार तक, उहदा सीगा दुकानदारां दा भी, दुकानदारां दी थोड़ी सीगी भी खंभिया करके सानू परेशानी हुंदी, उहदा असीं बैठ के हल करदे पए। ਦੁਕਾਨਦਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਬਿਜਲੀ ਬੋਰਡ ਵਾਲੇ ਖੰਭੇ ਲਗਾਉਣ ਆ ਰਹੇ ਅਸੀਂ ਆਪਣੀ ਦੁਕਾਨਾਂ ਦੇ ਅੱਗੇ ਨਹੀਂ ਲੱਗਣ ਦੇ, ਉਹ ਕਿਸੇ ਨਾ ਕਿਤੇ ਲੱਗਣਾ ਹੀ ਹੈ ਜੀ। ਹੁਣ ਖੰਭਾ ਜਿਹੜਾ ਕਿਤੇ ਨਾ ਕਿਧਰ ਤੇ ਲਾਵਾਂਗੇ, ਇਹਨਾਂ ਨੂੰ ਇਹ ਕਹਿ ਤਾ ਵੀ ਕੋਈ ਅੱਗੇ ਅੱਧਾ ਫੁੱਟ ਅੱਗੇ ਕਰਨਾ ਪਿੱਛੇ ਕਰਨਾ ਉਹ ਕਰ ਦਿਆਂਗੇ, ਉਹਦਾ ਮਸਲਾ ਹੱਲ ਕਰਦੇ ਆਪਾਂ ਬੈਠ ਕੇ ਕਰਾਂਗੇ ਹੱਲ ਜੀ। ਦੁਕਾਨਦਾਰ ਵੱਲੋਂ ਇਹ ਕਿਹਾ ਗਿਆ ਕਿ ਜਿਹੜੀਆਂ ਤਾਰਾਂ ਪਾਈਆਂ ਜਾ ਰਹੀਆਂ ਅੰਡਰਗਰਾਊਂਡ ਪਾ ਲਈ, ਅੰਡਰਗਰਾਊਂਡ ਨਹੀਂ ਪੈ ਸਕਦੀਆਂ, ਅਸੀਂ ਪਹਿਲਾਂ ਐਸਟੀਮੇਟ ਅੰਡਰਗਰਾਊਂਡ ਦਾ ਬਣਾਇਆ ਸੀਗਾ, ਅੰਡਰਗਰਾਊਂਡ ਸੀਵਰੇਜ ਵਾਟਰ ਸਪਲਾਈ ਕਰਕੇ ਸਾਨੂੰ ਪ੍ਰੋਬਲਮ ਆ ਜਾਂਦੀ ਹੈ, ਜਦੋਂ ਬਰਸਾਤ ਹੁੰਦੀ ਉਹਦੇ ਨਾਲ ਕਰੰਟ ਪੈਦਾ ਹੋ ਸਕਦਾ, ਇਸ ਕਰਕੇ ਉਹ ਐਸਟੀਮੇਟ ਨਹੀਂ ਕਾਮਯਾਬ ਹੋਇਆ। ਹੁਣ ਅਸੀਂ ਫਿਰ ਦੁਬਾਰਾ ਐਸਟੀਮੇਟ ਬਣਾਇਆ, ਅਸੀਂ ਖੰਭਿਆਂ ਦੇ ਉੱਪਰ ਵੱਡੀ ਤਾਰ ਪਾ ਦੇਣੀ, ਇੱਕੋ ਹੀ ਤਾਰ ਪੈ ਜਾਣੀ, ਜਿਹਦੇ ਨਾਲ ਦੁਕਾਨਦਾਰਾਂ ਦੇ ਜਿੱਦਾਂ ਇੱਥੇ ਬੜੇ ਹਾਦਸੇ ਹੋਏ ਆ, ਪਿੱਛੇ ਲੋਕਡਾਊਨ ਦੇ ਵਿੱਚ ਇੱਕ ਲੜਕਾ ਔਰ ਉਹਦੇ ਫਾਦਰ ਵਿਚਾਰਾ ਗਰੀਬ ਬੰਦਾ ਸੀ ਸਾਈਕਲ 'ਤੇ, ਉਹ ਦੋਵੇਂ ਕਰੰਟ ਦੇ ਨਾਲ ਡੈਥ ਹੋ ਗਈ, 3-4 ਦੁਕਾਨਾਂ ਜਿਹੜੀਆਂ ਪੀਰ ਬੋਲਾਂ ਵਿਚਾਰ ਉਹਨਾਂ ਨੂੰ ਅੱਗ ਲੱਗ ਗਈ ਸੀਗੀ, ਬੜਾ ਵੱਡਾ ਨੁਕਸਾਨ ਹੋਇਆ। ਉਹਦੇ ਰਿਗਾਰਡਿੰਗ ਹੀ ਅਸੀਂ ਇਹ ਜਿਹੜਾ ਐਸਟੀਮੇਟ ਬਣਾਇਆ ਸੀਗਾ, ਹੁਣ ਥੋੜ੍ਹੀ ਬਹੁਤੀ ਦੁਕਾਨਦਾਰਾਂ ਨੂੰ ਹੈ ਵੇ, ਅਸੀਂ ਬਹਿ ਕੇ ਉਹਨਾਂ ਮਸਲਾ ਹੱਲ ਕਰ ਲਾਂ। ਦੁਕਾਨਦਾਰ ਕਹਿੰਦੇ ਕਿ ਸਾਡੀ ਦੁਕਾਨਾਂ ਦੇ ਅੱਗੇ ਬਿਜਲੀ ਦੇ ਪੋਲ ਨਾ ਲੱਗਣ ਦਿੱਤੇ ਜਾਣ, ਸਾਡੀ ਦੁਕਾਨਾਂ ਦੇ ਉੱਤੇ ਐਂਗਲ ਲਗਾ ਦਿੱਤੇ ਜਾਣ, ਐਂਗਲਾਂ ਦੇ ਉੱਤੇ ਤਾਰ ਰੱਖ ਦਿੱਤੀ। ਉਹ ਹੋਈ ਗੱਲ ਸਾਡੀ ਐਸ ਡੀ ਓਵਰਾਂ ਨਾਲ, ਜੇ ਕੋਈ ਐਂਗਲ ਨਾਲ ਮਸਲਾ ਹੱਲ ਹੁੰਦਾ ਤਾਂ ਆਪਾਂ ਐਂਗਲ ਨਾਲ ਕਰਾ ਲਾਂਗੇ, ਸਾਨੂੰ ਕੋਈ ਕਿਸੇ ਨਾਲ ਕੋਈ ਜਾਨੀ ਦੁਸ਼ਮਣੀ ਨਹੀਂ ਹੈ, ਜਿੱਦਾਂ ਵੀ ਮਸਲਾ ਹੱਲ ਹੋਏਗਾ ਅਸੀਂ ਕਰਾਂਗੇ, ਪਰ ਅਸੀਂ ਤਾਰ ਪਾਵਾਂਗੇ ਜ਼ਰੂਰ ਇਹਨਾਂ ਦੇ ਫਾਇਦੇ ਵਾਸਤੇ। ਮਗਰ ਦੁਕਾਨਦਾਰ ਮੰਨਣ ਨੂੰ ਤਿਆਰ ਨਹੀਂ ਹੈ, ਬੈਠ ਕੇ ਗੱਲਬਾਤ ਚੱਲ ਰਹੀ ਸੀ, ਗੱਲਬਾਤ ਚੱਲਦੇ ਚੱਲਦੇ ਮਾਹੌਲ ਥੋੜ੍ਹਾ ਹੋਰ ਤਣਾਅਪੂਰਨ ਹੋ ਗਿਆ? ਨਹੀਂ, ਉਹ ਆਪਸ ਵਿੱਚ ਹੋ ਹੀ ਜਾਂਦਾ, ਕਿਸੇ ਵੇਲੇ ਭਰਾਵਾਂ ਦਾ ਝਗੜਾ ਹੋ ਜਾਂਦਾ, ਕਿਸੇ ਨੂੰ ਕੋਈ ਗੱਲ ਚੰਗੀ ਕਿਸੇ ਨੂੰ ਨਹੀਂ ਲੱਗੀ ਹੋਣੀ, ਮਤਲਬ ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ। ਅਗਰ ਦੁਕਾਨਦਾਰ ਕਹਿੰਦੇ ਅਸੀਂ ਬਿਜਲੀ ਦੇ ਪੋਲ ਨਹੀਂ ਲੱਗਣਦੇ ਨੇ ਤਾਂ ਲੱਗਣਗੇ? ਨਹੀਂ, ਦੇਖੋ ਦੁਕਾਨਦਾਰਾਂ ਨਾਲ ਧੱਕਾ ਨਹੀਂ ਕਰਾਂਗੇ ਅਸੀਂ, ਹੁਣ ਜਿਹੜਾ ਕੰਮ ਸਰਕਾਰ ਨੇ ਕਰਾਉਣਾ ਉਹ ਤਾਂ ਕਰਾਉਣਾ ਹੀ ਹੈ, ਅੱਗੇ ਪਿੱਛੇ ਥੋੜ੍ਹਾ ਬਹੁਤਾ ਜਿੱਥੇ ਚੇਂਜ ਕਰਨੇ ਉਹ ਕਰਾ ਦਿਆਂਗੇ। ਬਿਜਲੀ ਦੇ ਜਿਹੜੇ ਪੋਲ ਹੈਗੇ ਕਿੱਥੋਂ ਦੀ ਕਿੱਥੇ ਤੱਕ ਲੱਗਣੇ ਆ ਅਤੇ ਕਿੰਨੇ ਲੱਗਣੇ? ਇਹ ਭਗਵਾਨ ਵਾਲਮੀਕਿ ਚੌਂਕ ਤੋਂ ਲੈ ਕੇ ਪੀਰ ਬੋਦਲਾਂ ਬਾਜ਼ਾਰ ਤੱਕ ਜਾਣੇ ਆ ਜੀ, ਐਗਜੈਕਟ ਰੈਣਕ ਬਾਜ਼ਾਰ ਦੇ ਵਿੱਚ ਪੁਰਾਣੇ ਖੰਭੇ ਜਿਹੜੇ ਆ ਉਹ ਡਿਜ਼ੋਲਵ ਕਰ ਦੇਣੇ, ਲਾਹ ਦੇਣੇ, ਉਹਨਾਂ ਦੀ ਜਗ੍ਹਾ 'ਤੇ ਨਵੇਂ ਲੱਗਣੇ ਆ, 7-8 ਖੰਭੇ ਉਹ ਸ਼ਾਇਦ ਹੋਰ ਲੱਗਣਗੇ ਜੀ। ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਜਿਹੜੇ ਪੋਲ ਲਗਾਉਣ ਲਈ ਖੋਲ ਕੀਤੇ ਸੀਗੇ ਦੁਕਾਨਦਾਰਾਂ ਵੱਲੋਂ, ਉਹ ਵੀ ਬੰਦ ਕਰ ਦਿੱਤੇ ਗਏ? ਉਹ ਕਹਿਤਾ ਇਸੇ ਕਰਕੇ ਰੱਖੇ ਵੀ ਸ਼ਾਮ ਨੂੰ ਫਿਰ ਇਕੱਠੇ ਹੋਵਾਂਗੇ, ਕੋਈ ਨਾ ਕੋਈ ਹੱਲ ਜ਼ਰੂਰ ਇਹਨਾਂ ਕੱਢਾਂਗੇ ਜੀ। ਇਹ ਸੀ ਸੈਂਟਰ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਦੂਸਰੇ ਪਾਸੇ ਸ਼ਸ਼ੀ ਸ਼ਰਮਾ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰ ਲੈਂ। ਮੀਟਿੰਗ ਤੁਹਾਡੀ ਹੋਈ ਹੈ, ਮੀਟਿੰਗ ਮਾੜਾ ਦੱਸ ਦਿਓ ਕੀ ਗੱਲ ਹੋਈ ਆ ਵੀ ਕੋਈ ਹੱਲ ਕਰਨਾ ਇਹਦਾ ਮਸਲੇ ਦਾ? ਦੁਕਾਨਦਾਰਾਂ ਨੇ 4-5-10 ਫੁੱਟ ਦਾ ਫਰੰਟ ਆ, ਉਹਦੇ ਅੱਗੇ ਖੰਭਾ ਲੱਗ ਜੂਗਾ, ਦੁਕਾਨ 'ਤੇ ਇੱਕ ਸਕੂਟਰ ਖੜ ਗਿਆ ਦੁਕਾਨ ਬੰਦ ਹੋ ਜਾਣੀ ਹੈ, ਸਾਰਾ ਬਾਜ਼ਾਰ ਖੰਭੇ ਖੰਭੇ ਹੋਣਗੇ, ਕਿੱਦਾਂ ਭੈੜਾ ਲੱਗੇਗਾ? ਦੁਕਾਨਦਾਰਾਂ ਨੇ ਤੁਹਾਨੂੰ ਬੁਲਾਇਆ, ਦੁਕਾਨਦਾਰਾਂ ਨੇ ਆਪਣੀ ਮੁਸ਼ਕਿਲਾਂ ਦੱਸੀਆਂ, ਕਿੰਨੀਆਂ ਦੁਕਾਨਦਾਰਾਂ ਨੇ ਤੁਹਾਨੂੰ ਆਪਣੀ ਮੁਸ਼ਕਿਲਾਂ ਦੱਸੀਆਂ? ਸਾਰਾ ਬਾਜ਼ਾਰ ਹੀ, ਸਾਰਾ ਬਾਜ਼ਾਰ ਹੀ ਇਸ ਗੱਲ ਦੇ ਖਿਲਾਫ਼ ਆ ਵੀ ਮੇਰੇ ਬੂਹੇ ਨਹੀਂ ਲੱਗਣਾ ਚਾਹੀਦਾ, ਕੋਈ ਵੀ ਨਹੀਂ ਲੱਗਣ ਦੇਗਾ, ਲੋਕਾਂ ਨੂੰ ਇਤਰਾਜ ਆ ਇਸ ਗੱਲ ਦਾ। ਮਗਰ ਸੈਂਟਰ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਜੀ ਪਹੁੰਚੇ ਨੇ, ਉਹ ਕਹਿੰਦੇ ਬਿਜਲੀ ਬੋਰਡ ਦਾ ਕੰਮ ਹੈਗਾ, ਸਮਾਰਟ ਸਿਟੀ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ, ਅਗਰ ਕਿਸੇ ਦੁਕਾਨਦਾਰ ਨੂੰ ਦਿੱਕਤ ਆ ਰਹੀ ਹੈ ਤਾਂ ਉਹਦਾ ਹੱਲ ਕੱਢਿਆ ਜਾਏਗਾ। ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਸਾਡੀ ਦੁਕਾਨਾਂ ਦੇ ਉੱਤੇ ਐਂਗਲ ਲਗਾ ਦਿੱਤੇ ਜਾਣ, ਐਂਗਲਾਂ ਦੇ ਉੱਤੇ ਤਾਰ ਕਰ ਦਿੱਤੀ ਜਾਵੇ, ਮਗਰ ਉਹ ਕਹਿੰਦੇ ਇਹ ਵੀ ਪੋਸੀਬਲ ਨਹੀਂ ਹੈ। ਨਹੀਂ, ਪੋਸੀਬਲ ਕਿਉਂ ਨਹੀਂ ਹੈ, ਫੇਸ 2 'ਚ ਲੱਗਾ, ਇੱਥੇ ਹੋਰ ਭੰਡਾਰੀ ਸਾਹਿਬ ਦੇ ਏਰੀਏ 'ਚ ਕਈ ਜਗ੍ਹਾ ਲੱਗਾ, ਹੈਨਰੀ ਸਾਹਿਬ ਦੇ ਏਰੀਏ 'ਚ ਵੀ ਕਈ ਜਗ੍ਹਾ ਤਾਰ ਇੱਦਾਂ ਲੱਗੀ ਹੈ, ਸਾਰੀ ਜਗ੍ਹਾ ਲੱਗੀ ਹੈ, ਇੱਥੇ ਵੀ ਲੱਗਣੀ ਚਾਹੀਦੀ ਹੈ, ਕਿਸੇ ਨੂੰ ਨਜਾਇਜ਼ ਤੰਗ ਨਹੀਂ, ਟੋਂਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਮੈਂ ਨਾ ਮੰਨੂ ਨਹੀਂ ਕਰਨਾ ਚਾਹੀਦਾ, ਅਗਰ ਸਰਦਾ ਤਾਂ ਨਹੀਂ ਲਾਉਣੇ ਚਾਹੀਦੇ, ਜੇ ਪਬਲਿਕ ਨਹੀਂ ਲਵਾਉਣੀ ਚਾਹੁੰਦੀ ਤਾਂ ਕਿਸਾਨਾਂ ਵਾਲੀ ਗੱਲ ਹੋ ਗਈ।
मोदी साहब कहते मैं घ्यो खुवाना, किसान कहते असं नहीं खाना, हूँ इतने भी कहें घ्यो खुवाना, वो कहते सू खे नहीं चाहिए, कहते नहीं मैं खंबा लाना ही लाना, कहते क्यों लाना, कहते तेरे फैसले लाना। ਤੁਹਾਡੇ ਨਾਲ ਰਜਿੰਦਰ ਬੇਰੀ ਬੈਠੇ ਸੀ, ਤੁਸੀਂ ਬੈਠੇ ਸੀ, ਦੁਕਾਨਦਾਰ ਬੈਠੇ ਸੀ, ਇੱਥੇ ਦੇ ਕੌਂਸਲਰ ਸ਼ਹਿਰੀ ਚੱਡਾ ਹੀ ਬੈਠੇ, ਕੀ ਗੱਲਬਾਤ ਕੀ ਹੋ ਗਈ? ਮਾਹੌਲ ਥੋੜ੍ਹਾ ਤਣਾਅਪੂਰਨ ਹੋ ਗਿਆ ਇੱਕਦਮ, ਕੁਛ ਨਹੀਂ ਹੱਥ ਇੰਨਾ ਕੁ ਹੋ ਗਿਆ ਕਿ ਹੱਥੋਂ ਪਾਈਆ 'ਤੇ ਵੀ ਗੱਲ ਪਹੁੰਚ ਗਈ ਸੀ? ਨਹੀਂ, ਹੱਥੋਂ ਪਾਈ ਦੇ ਲਈ ਕੋਈ ਗੱਲ ਨਹੀਂ ਹੋਈ, ਗੱਲਾਂ ਗੱਲਾਂ 'ਚ ਕਿਸੇ ਨੂੰ ਕੋਈ ਕਿਸੇ ਦੀ ਗੱਲ ਨਹੀਂ ਜੱਜੀ, ਕਿਸੇ ਨੂੰ ਕਿਸੇ ਦੀ ਨਹੀਂ ਜੱਜੀ, ਇਹੀ ਗੱਲ ਆ। ਦੁਕਾਨਦਾਰਾਂ ਨਾਲ ਮੀਟਿੰਗ ਦੁਬਾਰਾ ਹੋਏਗੀ ਜਾਂ ਕੀ ਹੋਏਗੀ? ਕਰਾਂਗੇ ਉਹਨੇ। ਇਹ ਸੀ ਸ਼ਸ਼ੀ ਸ਼ਰਮਾ ਜੀ, ਜਿਨ੍ਹਾਂ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਇਹਨਾਂ ਨੂੰ ਆਪਣੀ ਮੁਸ਼ਕਲਾਂ ਦੱਸੀਆਂ, ਜਿਸ ਤੋਂ ਲੈ ਕੇ ਇਹ ਸਵੇਰੇ ਇੱਥੇ ਪਹੁੰਚੇ ਔਰ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਮਗਰ ਦੁਕਾਨਦਾਰਾਂ ਦਾ ਇਹੀ ਕਹਿਣਾ ਕਿ ਉਹਨਾਂ ਨੂੰ ਜਿਹੜੀ ਦੁਕਾਨਾਂ ਦੇ ਅੱਗੇ ਖੰਭੇ ਲੱਗ ਰਹੇ ਆ ਉਹ ਮਨਜ਼ੂਰ ਨਹੀਂ ਆ। ਫਿਲਹਾਲ ਸ਼ਾਮ ਤੱਕ ਦੱਸ ਦਿੱਤਾ ਗਿਆ, ਸ਼ਾਮ ਤੋਂ ਬਾਅਦ ਦੁਬਾਰਾ ਮੀਟਿੰਗ ਹੋਏਗੀ, ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਏਗੀ। ਕੈਮਰਾਮੈਨ ਦਵਿੰਦਰ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।